ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਖੇਡਾਂ ਵਤਨ ਪੰਜਾਬ ਦੇ ਸੀਜ਼ਨ 2 ਦਾ ਆਗਾਜ਼ ਕੀਤਾ ਗਿਆ ਉੱਥੇ ਹੀ ਪੰਜਾਬ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਉਹਨਾਂ ਵੱਲੋਂ ਵੀ ਬੱਚਿਆਂ ਨੂੰ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਸੁਸ਼ੀਲ ਰਿੰਕੂ ਸੰਸਦ ਸਾਡੇ ਨਾਲ ਹੈ ਕਿ ਨੇ ਉਹਨਾਂ ਨਾਲ ਗੱਲ ਕਰਦੇ ਆ ਇੱਕ ਪਾਸੇ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਦੂਜੇ ਪਾਸੇ ਪੰਜਾਬ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਉਹ ਬੱਚਿਆਂ ਨੂੰ ਅਗਾਹ ਲੈ ਕੇ ਆ ਰਹੇ ਨੇ ਦੇਖੋ ਅੱਜ ਸਵੇਰ ਤੋਂ ਹੀ ਲਗਾਤਾਰ ਜਲੰਧਰ ਦੇ ਵਿੱਚ ਸਪੋਰਟਸ ਐਕਟੀਵਿਟੀਜ਼ ਦਾ ਜਿਹੜਾ ਮਾਹੌਲ ਬਣਿਆ ਹੋਇਆ ਔਰ ਅੱਜ ਪੰਜਾਬ ਟੈਨਿਸ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਜਿਹੜਾ ਸੂਬਾ ਪੱਧਰ ਦਾ ਜਿਹੜਾ ਰੈਂਕਿੰਗ ਕੰਪੀਟੀਸ਼ਨ ਆ ਜਿਹੜਾ ਜਲੰਧਰ ਦੇ ਇਸ ਹਾਲ ਦੇ ਵਿੱਚ ਕਰਵਾਇਆ ਜਾ ਰਿਹਾ ਔਰ ਇੱਥੋਂ ਜਿਹੜੇ ਬੱਚੇ ਜਿਹੜੇ ਆ ਜਿਹੜੇ ਅੱਛੇ ਪਲੇਅਰ ਆ ਉਹ ਚੁਣ ਕੇ ਫਿਰ ਪੰਜਾਬ ਦੀ ਟੀਮ ਬਣੇਗੀ ਜਿਹੜੀ ਅੱਗੇ ਨੈਸ਼ਨਲ ਖੇਡਾਂ ਦੇ ਵਿੱਚ ਪੰਜਾਬ ਨੂੰ ਰਿਪ੍ਰੈਜ਼ੈਂਟ ਕਰੇਗੀ ਔਰ ਮੈਂ ਆਸ ਕਰਦਾ ਕਿ ਸਾਡੀ ਪੰਜਾਬ ਦੀ ਟੀਮ ਹੈ ਜਿਹੜੀ ਨੈਸ਼ਨਲ ਪੱਧਰ ਤੇ ਵੀ ਔਰ ਇੰਟਰਨੈਸ਼ਨਲ ਪੱਧਰ ਤੇ ਵੀ ਜਿਹੜਾ ਜਲੰਧਰ ਦਾ ਔਰ ਪੰਜਾਬ ਦਾ ਨਾਮ ਉੱਚਾ ਕਰੇ। ਜਿੱਦਾਂ ਭਗਵੰਤ ਮਾਨ ਹੋਰਾਂ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਚੋਂ ਨਸ਼ਾ ਬਿਲਕੁਲ ਖਤਮ ਕਰ ਰਹੇ ਲੱਗ ਰਿਹਾ ਜਿਵੇਂ ਕਿ ਇਸ ਸਵੇਰ ਦਾ ਮਾਹੌਲ ਜਲੰਧਰ ਵਿੱਚ ਬਣਿਆ ਪਹਿਲਾਂ ਸਵੇਰੇ ਮਿਸ਼ਾਲ ਮਾਰਚ ਕੱਢਿਆ ਗਿਆ ਖੇਡਾਂ ਵਤਨ ਪੰਜਾਬ ਦੇ ਸੀਜ਼ਨ 2 ਨੂੰ ਲੈ ਕੇ ਔਰ ਦੂਜੇ ਪਾਸੇ ਬੱਚੇ ਇਦਾਂ ਦੇ ਖੇਡਾਂ ਖੇਡ ਰਹੇ ਨੇ ਔਰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਨੌਜਵਾਨ ਹੈਗਾ ਪੰਜਾਬ ਦੇ ਜਿਹੜੇ ਬੱਚੇ ਹੈਗੇ ਉਹਨਾਂ ਦਾ ਭਵਿੱਖ ਨਸ਼ੇ ਤੋਂ ਦੂਰ ਹੋ ਰਿਹਾ। ਦੇਖੋ ਗੱਲ ਹੈ ਕਿ ਅਗਰ ਚੀਜ਼ਾਂ ਬਦਲਣੀਆਂ ਤਾਂ ਉਹਦੇ ਲਈ ਦਿਲਚਸਪੀ ਦੱਸਣੀ ਪਏਗੀ। ਸੋ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਸਪੋਰਟਸ ਦੇ ਵਿੱਚ ਦਿਲਚਸਪੀ ਦਿਖਾ ਰਹੇ ਆ ਤਾਂ ਪੰਜਾਬ ਦੀਆਂ ਜਿਹੜੀਆਂ ਖੇਡਾਂ ਆ ਜਿਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਖੇਡ ਹੈ ਉਹ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਪ੍ਰਮੋਟ ਹੋਏਗੀ ਔਰ ਜਿਸ ਤਰੀਕੇ ਦੇ ਨਾਲ ਖੇਡੋ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤਾਂ ਮੈਂ ਸਮਝਦਾ ਕਿ ਬਲਾਕ ਪੱਧਰ ਦੇ ਉੱਤੇ ਜਿਹੜੇ ਕੰਪੀਟੀਸ਼ਨ ਹੋਣੇ ਜਿਹਦੇ ਵਿੱਚ ਹਰ ਖੇਡ ਦਾ ਜਿਹੜਾ ਮੁਕਾਬਲਾ ਹੋਣਾ ਤਾਂ ਪੰਜਾਬ ਦਾ ਜਿਹੜਾ ਨੌਜਵਾਨ ਹੈ ਖੇਡਾਂ ਵਾਲੇ ਪਾਸੇ ਜਿਹੜਾ ਆਕਰਸ਼ਿਤ ਹੋਣਾ ਸ਼ੁਰੂ ਹੋ ਗਿਆ। ਸੋ ਜ਼ਰੂਰਤ ਹੈ ਕਿਉਂਕਿ ਸਾਧਨ ਬੜੇ ਲਿਮਿਟਿਡ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਪੋਰਟਸ ਦੇ ਨਾਲ ਜੁੜੇ ਚਾਹੇ ਹਰ ਗੇਮ ਨੂੰ ਹੈ ਜਿਹੜਾ ਪ੍ਰਮੋਟ ਕਰਨ ਦੇ ਲਈ ਜਿਹੜੇ ਲੋੜੀਂਦਾ ਸਾਧਨ ਹੈ ਉਹ ਸਾਧਨ ਹੈ ਜਿਹੜੇ ਸਰਕਾਰ ਤੋਂ ਮੁਹੱਈਆ ਕਰਵਾਈਏ। ਬਿਲਕੁਲ ਧੰਨਵਾਦ ਸਰ। ਤਾਂ ਉਹ ਜਿਹੜੇ ਨਾਲ ਮੁਖੀ ਹੈਗੇ ਨੇ ਇਸ ਐਸੋਸੀਏਸ਼ਨ ਦੇ ਉਹਨਾਂ ਨਾਲ ਵੀ ਗੱਲ ਕਰਦੇ ਆ ਸਰ ਕਿਵੇਂ ਦੇਖਦੇ ਹੋ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਜਾਂ ਤੁਹਾਡੇ ਵੱਲੋਂ ਜਿਹੜੇ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਇਹ ਸਾਰੇ? ਰਿੰਕੂ ਜੀ ਨੇ ਦੱਸਿਆ ਕਿ ਜਿੰਨੀਆਂ ਖੇਡਾਂ ਵਧਣਗੀਆਂ ਉਨਾ ਹੀ ਜ਼ਿਆਦਾ ਪੰਜਾਬ ਦਾ ਯੂਥ ਜਿਹੜਾ ਵੇ ਉਹ ਆਪਣੀ ਫਿਜ਼ੀਕਲ ਐਕਟੀਵਿਟੀਜ਼ ਵਧਾਏਗਾ ਅਤੇ ਉਹਦੇ ਨਾਲ ਉਹ ਨਸ਼ਿਆਂ ਵੱਲ ਨਹੀਂ ਦੌੜੇਗਾ ਅਤੇ ਉਹਦੇ ਨਾਲ ਸਾਰਾ ਸਾਡੇ ਪੰਜਾਬ ਦਾ ਭਵਿੱਖ ਬਣੇਗਾ, ਪੰਜਾਬ ਦਾ ਭਵਿੱਖ ਬਣੇਗਾ, ਦੇਸ਼ ਦਾ ਭਵਿੱਖ ਬਣੇਗਾ ਅਤੇ ਆਲਰੇਡੀ ਬੜਾ ਕੰਮ ਕਰ ਰਹੇ ਨੇ ਇਹਦੇ ਉੱਤੇ। ਸਰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਲਗਾਤਾਰ ਪੰਜਾਬ ਖੇਡਾਂ ਵਾਲੇ ਪਾਸੇ ਜਾ ਰਿਹਾ ਲਗਾਤਾਰ ਕਿਉਂਕਿ ਕਿਸੇ ਸਮੇਂ ਗੱਲ ਕੀਤੀ ਜਾ ਰਹੀ ਸੀ ਪੰਜਾਬ ਨਸ਼ਿਆਂ ਵੱਲ ਜਾ ਰਿਹਾ, ਹੁਣ ਪਰ ਪੰਜਾਬ ਦੀ ਜਵਾਨੀ ਜਿਹੜੀ ਹੈ ਇਸ ਵੇਲੇ ਖੇਡਾਂ ਵੱਲ ਜਾ ਰਹੀ ਹੈ? ਇਹ ਹੁਣ ਪੰਜਾਬ ਗਵਰਨਮੈਂਟ ਦਾ ਜਿਹੜਾ ਦੂਜਾ ਐਡੀਸ਼ਨ ਆ ਰਿਹਾ ਖੇਡਾਂ ਵਤਨ ਦੀ ਉਹਦੇ ਨਾਲ ਸਾਡੇ ਜਿਹੜੇ ਪਲੇਅਰ ਹੈ ਬਹੁਤ ਉਤਸ਼ਾਹਿਤ ਹੈਗੇ ਆ ਕਿ ਉਹ ਆਪਣੀ ਰਜਿਸਟ੍ਰੇਸ਼ਨ ਕਰਾ ਰਹੇ ਆ ਅਤੇ ਅਸੀਂ ਆ ਟੇਬਲ ਟੈਨਿਸ ਦਾ ਜਿਹੜੀ ਰੈਂਕਿੰਗ ਕਰਾਈ ਹੈ ਇਹ ਪੰਜਾਬ ਦੀ ਇਹ 4 ਰੈਂਕਿੰਗ ਟੂਰਨਾਮੈਂਟ ਅਸੀਂ ਕਰਵਾਉਂਦੇ ਹਾਂ ਇੱਥੇ। ਅੱਜ ਸੁਸ਼ੀਲ ਰਿੰਕੂ ਜੀ ਆਏ ਆ, ਇਹਨਾਂ ਨੇ ਪਲੇਅਰਾਂ ਦਾ ਬੜਾ ਉਤਸ਼ਾਹ ਵਧਾਇਆ ਅਤੇ ਨਾਲੇ ਸਾਨੂੰ ਵੀ ਬੜਾ ਪ੍ਰੋਮਿਸ ਕੀਤਾ ਕਿ ਹਾਲ ਨੂੰ ਵੀ ਇਹਨੂੰ ਹੋਰ ਮਤਲਬ ਡੈਨੋਵੇਟ ਕੀਤਾ ਜਾਏਗਾ ਅਤੇ ਪਲੇਅਰ ਜਿੰਨੇ ਪਲੇਅਰ ਜੁੜਦੇ ਆ ਉਹ ਗੇਮ ਦੇ ਨਾਲ ਜੁੜੇ ਨਾਲ ਡੈਫੀਨੇਟਲੀ ਨਸ਼ਿਆਂ ਤੋਂ ਦੂਰ ਰਹਿੰਦੇ ਆ ਅਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਅੱਜ ਇਹਨਾਂ ਨੇ ਇਸ ਟੂਰਨਾਮੈਂਟ 'ਚ ਓਪਨਿੰਗ ਕੀਤੀ। ਬਿਲਕੁਲ, ਜਿੱਦਾਂ ਕਿ ਐਸੋਸੀਏਸ਼ਨ ਦੇ ਜਿਹੜੇ ਚੇਅਰਮੈਨ ਹੈਗੇ ਉਹਨਾਂ ਨਾਲ ਵੀ ਗੱਲ ਕੀਤੀ ਹੈ, ਸੁਸ਼ੀਲ ਰਿੰਕੂ ਹੋਰਾਂ ਨਾਲ ਵੀ ਗੱਲ ਕੀਤੀ ਦਾ ਸਾਫ਼ ਉਹਨਾਂ ਦਾ ਕਹਿਣਾ ਕਿ ਜਿਵੇਂ ਜਿਵੇਂ ਪੰਜਾਬ ਦੀ ਜਵਾਨੀ ਜਿਹੜੀ ਹੈਗੀ ਉਹ ਜਿਵੇਂ ਜਿਵੇਂ ਖੇਡਾਂ ਵੱਲ ਆਏਗੀ ਉਵੇਂ ਉਵੇਂ ਹੀ ਪੰਜਾਬ ਦਾ ਜਿਹੜਾ ਜਵਾਨੀ ਆ ਪੰਜਾਬ ਦਾ ਜਿਹੜਾ ਨੌਜਵਾਨ ਆ ਨਸ਼ਿਆਂ ਤੋਂ ਦੂਰ ਹੋਏਗਾ ਔਰ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਉਹਨਾਂ ਵੱਲੋਂ ਕੀਤੇ ਜਾਣਗੇ। ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ ਟੀਵੀ, ਜਲੰਧਰ।